ਕਿਦੋ ਦੋਸਤੋ ਕੀ ਹਾਲ ਚਾਲ, ਮੈਂ ਨਾ ਸੰਦੀਪ, ਵੈਲਕਮ ਟੂ ਮਾਈ ਚੈਨਲ। ਸੋ ਸਾਰਿਆਂ ਥੈਂਕ ਯੂ, ਵੀਡੀਓ ਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰ ਦਿਓ, ਵਧੀਆ ਵਧੀਆ ਵੀਡੀਓਜ਼ ਰਿਕਮੈਂਡ ਕਰੋ, ਇਹਨਾਂ ਪਿਆਰ ਤੇ ਇਹਨਾਂ ਸਪੋਰਟ ਲਈ ਥੈਂਕਸ। ਸੋ ਇੰਜ ਸਪੋਰਟ ਦਿੰਦੇ ਰਹੋ, ਪਿਆਰ ਕਰਦੇ ਰਹੋ, ਬਹੁਤ ਵਧੀਆ ਲੱਗਦਾ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ, ਵਧੀਆ ਵਧੀਆ ਵੀਡੀਓਜ਼ ਰਿਕਮੈਂਡ ਕਰ ਦਿਓ। ਸੋ ਯਾਰ ਪਲੀਜ਼ ਯਾਰ, ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ, ਤਾਂ ਕਿ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਸੋ ਅੱਜ ਜਿਹੜੀ ਵੀਡੀਓ ਹੈ ਜੀ, ਪਾਕਿਸਤਾਨੀ ਮੂਵੀ ਟ੍ਰੇਲਰ ਹੈ ਬਾਜ਼ੀ ਅਤੇ ਏਅਰ ਵਾਈ ਫਿਲਮਸ। ਸੋ ਚਲੋ ਟ੍ਰੇਲਰ ਦੇਖਦੇ ਹਾਂ ਅਤੇ ਫਿਰ ਬਾਅਦ 'ਚੋਂ ਰਿਐਕਸ਼ਨ ਦਿੰਦੇ ਹਾਂ। ਆਪਾਂ ਪਹਿਲਾਂ ਵੀ ਪਾਕਿਸਤਾਨੀ ਮੂਵੀ 'ਤੇ ਨਹੀਂ, ਟ੍ਰੇਲਰ 'ਤੇ ਰਿਐਕਸ਼ਨ ਦਿੱਤਾ ਸੀ। ਸੋ ਮੂਵੀ ਸ਼ਾਇਦ ਰਿਲੀਜ਼ ਨਹੀਂ ਹੋ ਪਾਈ, ਅਤੇ ਚਲੋ ਇਹ ਮੂਵੀ ਦਾ ਟ੍ਰੇਲਰ ਦੇਖਦੇ ਹਾਂ ਅਤੇ ਰਿਐਕਸ਼ਨ ਦਿੰਦੇ ਹਾਂ। ਲੈਟ ਸਟਾਰਟ ਵਿਡ ਦਾ ਲਿੰਕ ਡਿਸਕ੍ਰਿਪਸ਼ਨ 'ਚ ਹੈ, ਉੱਥੇ ਜਾ ਕੇ ਤੁਸੀਂ ਵੀਡੀਓ ਵੇਖ ਸਕਦੇ ਹੋ। इतनी बड़ी स्टार है, हमारी फिल्म को फायदा होगा। स्टार है नहीं, स्टार थी 10 साल पहले। वो टाइम चला गया तुम्हारा बीबी। ये मेरा टाइम है और ये टाइम हमेशा रहेगा। जमाना है थिएटर का, स्टेज पे अपने जलवे दिखाने का। जाके मार्केट से रौला पा दियो कि शमीरा ने थिएटर से काम करन ता 30 लाख रुपया लिया। थिएटर करेगा मरफत। आपको जरूरत है एक ऐसे सच्चे और मुखलिस दोस्त की जो आपको ऐसे मतलबी लोगों से ना बचा के रख सके। बदलते अच मेनू। आज मैं जिस मॉल गई थी ना, वहाँ तेरे जैसा एक भी टीचर नहीं था। अरे आशिकों का वक्त बदलने में देर नहीं लगती। आप ये समझे कि आपकी बेटी पराए देश जा रही है कमाने। अब तो मैडम नेहा बन गई है, फिल्म स्टार शमीरा की सेक्रेटरी। शमीरा जी आपको बता चुकी हैं कि अब वो स्टेज पे आइटम नहीं करेंगी, अब वो करेंगी तो सिर्फ फिल्म करेंगी। लाइट्स कैमरा एक्शन। रोहेल खान। शाम नशीली है थोड़ी 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 पहेली है। इस फिल्म के लिए मेरा एक खास विजन है। आखिरी मिनट पर अगर उसे कोई और लड़की पसंद आ गई तो खिलती गली को देख कर चुपके से बबरी ने कहा। खिलती गली को देख कर चुपके से बबरी ने कहा। तू यहाँ पर शमीरा की जगह लेने के लिए आई थी। इब्तदाई इश्क है, रोता है क्या? आगे आगे देखिए होता है क्या। बाजी, मैं बाजी नहीं, शमीरा हूँ। क्या बात है जी, बहुत वधिया ट्रेलर सी। सो जिस तरह का वीडियो देख के मैनू लगे कि जेड़ा जेहो जा मतलब स्टोरी होनी है कि एक्ट्रेस है जो काफी मतलब ज्यादा टाइम हो गया काम करते थे, जिदा कहंदे ने ज्यादा टाइम कर गया, हुण पुरानी एक्ट्रेस हो गई। सो ਉਹਨੂੰ ਕੀ ਪ੍ਰੋਬਲਮਸ ਆ ਰਹੀਆਂ ਹੈ ਕਿ ਜਦੋਂ ਮਤਲਬ ਏਜਡ ਹੋ ਜਾਂਦੀ ਹੈ ਤੇ ਉਹਨੂੰ ਕੋਈ ਰੋਲ ਨਹੀਂ ਦੇ ਰਿਹਾ ਤੇ ਉਹਨੂੰ ਕਹਿ ਰਿਹਾ ਕਿ ਹੁਣ ਤੂੰ ਸਟੇਜ ਕਰ। ਸੋ ਕੀ ਸਟੋਰੀ ਹੁੰਦੀ ਹੈ ਉਹ ਤੋਂ ਮੂਵੀ ਦੇਖ ਕੇ ਪਤਾ ਲੱਗੀ, ਬਾਕੀ ਐਕਟਿੰਗ ਸਾਰੀ ਇਹਦੀ ਮੈਨੂੰ ਵਧੀਆ ਲੱਗੀ। ਸੋ ਮਿਊਜ਼ਿਕ ਵਧੀਆ, ਲੋਕੇਸ਼ਨ ਵੀ ਵਧੀਆ ਸੀ, ਮੈਨੂੰ ਲੱਗਦਾ ਵਿੱਚ ਫਾਈਟਿੰਗ ਸੀਨ ਵੀ ਹੋਣਗੇ। ਸੋ ਵਧੀਆ ਸੀ ਮੂਵੀ ਯਾਰ, ਅਤੇ ਸੋਰੀ ਟ੍ਰੇਲਰ ਵਧੀਆ ਸੀ ਅਤੇ ਮੂਵੀ ਵੀ ਇੰਟਰਸਟਿੰਗ ਹੋਏਗੀ। ਕੁਛ ਇੱਕ ਦੋ ਐਕਟਰਸ ਨੂੰ ਮੈਂ ਅੱਗੇ ਵੀ ਵੇਖਿਆ ਹੋਇਆ, ਸੋ ਉਹਨਾਂ ਦਾ ਨਾਮ ਨਹੀਂ ਪਤਾ, ਬਟ ਵਿੱਚ ਇੱਕ ਬੋਡੀ ਵੀ ਬਹੁਤ ਵਧੀਆ ਬਣਾਈ ਹੋਈ ਸੀ ਅਤੇ ਵਧੀਆ ਲੱਗੀ ਯਾਰ ਟ੍ਰੇਲਰ। ਅਤੇ ਉਮੀਦ ਹੈ ਵੀਡੀਓ ਜਿਹੜੀ ਮੂਵੀ ਵੀ ਜਲਦ ਆ ਰਹੀ ਹੈ, ਸੋ ਇਸੀ ਮੰਥ ਹੀ ਆ ਰਹੀ ਹੈ ਸ਼ਾਇਦ, ਅਤੇ ਜ਼ਰੂਰ ਜਾ ਕੇ ਦੇਖਣਾ। ਅਤੇ ਬਾਕੀ ਮੈਨੂੰ ਬਹੁਤ ਵਧੀਆ ਲੱਗਿਆ ਟ੍ਰੇਲਰ ਯਾਰ, ਅਤੇ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ। ਤੁਹਾਨੂੰ ਇਹਦੇ ਵਿੱਚ ਕਿਹੜਾ ਐਕਟਰ ਸਭ ਤੋਂ ਵਧੀਆ ਲੱਗਿਆ ਮੈਨੂੰ ਜ਼ਰੂਰ ਕਮੈਂਟ ਬਾਕਸ 'ਚ ਦੱਸਣਾ।
ਤੇ ਬਾਕੀ ਇਹ ਮੈਨੂੰ ਦੱਸਣਾ ਕਿ ਇੰਡੀਆ 'ਚ ਲੱਗ ਰਹੀ ਕਿ ਨਹੀਂ ਲੱਗ ਰਹੀ, ਆਪਾਂ ਜ਼ਰੂਰ ਦੇਖਾਂਗੇ। ਅਤੇ ਫਿਰ ਬਸ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ। ਜੇ ਤੁਹਾਨੂੰ ਮੇਰਾ ਟ੍ਰੇਲਰ ਐਕਸ਼ਨ ਵਧੀਆ ਲੱਗਿਆ ਤਾਂ ਪਲੀਜ਼ ਇਹ ਚੈਨਲ ਸਬਸਕ੍ਰਾਈਬ ਕਰਨਾ ਅਤੇ ਬੈੱਲ ਆਈਕਨ ਨੂੰ ਜ਼ਰੂਰ ਦਬਾਉਣਾ। ਅਤੇ ਓਰੀਜਨਲ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ 'ਚ ਹੈ, ਉੱਥੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ। ਅਤੇ ਆਪਾਂ ਹੋਰ ਮੈਨੂੰ ਪਲੀਜ਼ ਇੱਦਾਂ ਦੀ ਜੇ ਟ੍ਰੇਲਰ ਮੂਵੀ ਟ੍ਰੇਲਰ ਜ਼ਰੂਰ ਰਿਕਮੈਂਡ ਕਰਿਆ ਕਰੋ, ਆਪਾਂ ਹੋਰ ਵਧੀਆ ਵਧੀਆ ਟ੍ਰੇਲਰਸ 'ਤੇ ਰਿਐਕਟ ਕਰਾਂਗੇ। ਅਤੇ ਪਹਿਲਾਂ ਆਪਾਂ ਮੌਲਾ ਜੱਟ ਵੀਡੀਓ ਜਿਹੜਾ ਮੂਵੀ ਸੀ ਉਹਦੇ ਟ੍ਰੇਲਰ 'ਤੇ ਰਿਐਕਟ ਕੀਤਾ ਸੀ, ਮੈਨੂੰ ਸ਼ਾਇਦ ਉਹ ਮੂਵੀ ਰਿਲੀਜ਼ ਨਹੀਂ ਹੋਈ ਕੁਛ ਪ੍ਰੋਬਲਮ ਕਰਕੇ। ਅਤੇ ਬਾਕੀ ਉਹ ਵੀ ਬਹੁਤ ਘੈਂਟ ਸੀ, ਉਹ ਤਾਂ ਬਹੁਤ ਵਧੀਆ ਸੀ, ਇਹ ਵੀ ਥੋੜ੍ਹਾ ਸਟੋਰੀ ਡਿਫਰੈਂਟ ਆ, ਉਹ ਸਟੋਰੀ ਥੋੜ੍ਹੀ ਡਿਫਰੈਂਟ ਸੀ। ਸੋ ਵਧੀਆ ਲੱਗੇਗਾ ਮੂਵੀ ਦੇਖ ਕੇ। ਅਤੇ ਬਾਕੀ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ। ਬਾਏ ਬਾਏ।